ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਹੁਣ ਮੈਂ ਵੇਖ ਪਾ ਰਿਹਾ ਕਿ ਤੁਹਾਡੀ ਫੋਨ ਕਾਲਸ ਜਿਹੜੀਆਂ ਉਹ ਆਉਣੀ ਸ਼ੁਰੂ ਹੋ ਚੁੱਕੀਆਂ ਹਨ। ਮੁੱਦਾ ਜਿਹੜਾ ਅਸੀਂ ਅੱਜ ਕਰ ਰਹੇ ਹਾਂ ਉਹ ਬੇਸਿਕਲੀ ਤੁਹਾਨੂੰ ਜਿਹੜੀ ਮੈਂ ਖਬਰ ਦੱਸੀ ਹੈਗੀ ਹੈ ਬਹਿਬਲ ਕਲਾਂ ਗੋਲੀ ਕਾਂਡ ਤੋਂ 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਬੇਅਦਬੀ ਮਾਮਲਾ ਔਰ ਜਦ ਗੋਲੀਆਂ ਚਲੀਆਂ ਸੀਗੀਆਂ ਔਰ ਪੰਜਾਬ ਦੇ ਵਿੱਚ ਵੱਸਦੇ ਲੋਕਾਂ ਦੇ ਉੱਤੇ ਇਹਨੇ ਇੱਕ ਆਪਣੀ ਛਾਪ ਛੋੜੀ ਸੀਗੀ, ਸਿਰਫ ਪੰਜਾਬ ਦੇ ਵਿੱਚ ਹੀ ਨਹੀਂ ਬਲਕਿ ਆਲ ਓਵਰ ਵਰਲਡ ਦੇ ਵਿੱਚ, ਸੰਗਤ ਦੇ ਵਿੱਚ, ਸਾਡੇ ਵਿਊਅਰਸ ਦੇ ਵਿੱਚ, ਜੋ ਤੁਸੀਂ ਇਸ ਟਾਈਮ ਸਾਨੂੰ ਵੇਖ ਪਾ ਰਹੇ ਹੋ, ਤੁਹਾਨੂੰ ਠੇਸ ਹੋਈ ਸੀ ਕਿ ਵਾਕਈ ਇਹ ਕੀ ਹੋ ਰਿਹਾ ਪੰਜਾਬ ਦੇ ਅੰਦਰ। ਔਰ ਜਿਸ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਆਪਣੀ ਜਾਨ ਤੋਂ ਵੀ ਜ਼ਿਆਦਾ ਪਿਆਰ ਕਰਕੇ ਔਰ ਆਪਣੀ ਜ਼ਿੰਦਗੀ ਤੋਂ ਵੀ ਜ਼ਿਆਦਾ ਪਿਆਰ ਕਰਕੇ, ਜਿਨ੍ਹਾਂ ਨੂੰ ਅਸੀਂ ਰੁਮਾਲਾ ਸਾਹਿਬ ਦੇ ਵਿੱਚ ਬੰਦ ਕਰਕੇ ਔਰ ਉਹਨਾਂ ਦਾ ਪ੍ਰਕਾਸ਼ ਕਰਦੇ ਹਾਂ, ਔਰ ਜਦ ਅਸੀਂ ਉਹਨਾਂ ਨੂੰ ਲੈ ਕੇ ਜਾਂਦੇ ਹਾਂ ਅਤੇ ਕਿਸ ਤਰੀਕੇ ਨਾਲ ਸਫਾਈਆਂ ਹੁੰਦੀਆਂ, ਕਿਸ ਤਰੀਕੇ ਨਾਲ ਫੁੱਲਾਂ ਦੀ ਜਿਹੜੀ ਹੈ ਵਰਸਾ ਜਿਹੜੀ ਵਰਖ ਜਿਹੜੀ ਅਸੀਂ ਫੁੱਲ ਵਰਸਾਉਂਦੇ ਹਾਂ, ਔਰ ਕਿਸ ਤਰੀਕੇ ਨਾਲ ਅਸੀਂ ਸੇਵਾ ਕਰਦੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਜਾਂਦੇ ਹਾਂ। ਲੇਕਿਨ ਜਦ ਪੰਜਾਬ ਤੋਂ ਖਬਰ ਸਾਹਮਣੇ ਆਉਂਦੀ ਸੀ ਕਿ ਉੱਥੇ ਰੋਡਾਂ ਦੇ ਉੱਤੇ, ਸੜਕਾਂ ਦੇ ਉੱਤੇ ਬਿਖਰੇ ਹੋਏ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਪੰਨੇ ਨੇ, ਔਰ ਉਸ ਤੋਂ ਬਾਅਦ ਆਰੋਪ ਪ੍ਰਤਿਆਰੋਪ ਦੀ ਰਾਜਨੀਤੀ ਸੁਣਨ ਨੂੰ ਮਿਲਦੀ ਸੀਗੀ, ਹੁਣ ਖੈਰ CBI ਦੀ ਜਾਂਚ ਹੋ ਰਹੀ ਹੈ। ਤੁਹਾਨੂੰ ਕੀ ਲੱਗਦਾ ਅੱਜ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਸ ਮੁੱਦੇ ਦੇ ਉੱਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ ਜੀ, ਮੈਂ ਕਰਮਜੀਤ ਸਿੰਘ ਬੋਲਾਂ ਜੀ। ਜੀ ਕੀ ਕਹਿਣਾ ਚਾਹੋਗੇ? ਮੈਂ ਕੁਛ ਨਹੀਂ ਕਹਿਣਾ ਚਾਹੁੰਦਾ ਜੀ, ਮੈਂ ਤਾਂ ਪਿਛਲੇ ਹਫ਼ਤੇ ਦੀ ਤੁਹਾਡੀ ਸ਼ਿਕਾਇਤ ਵੀ ਚੁੱਕੀ ਸੀ ਤੁਹਾਡੀ ਮੈਨੇਜਮੈਂਟ ਨੂੰ, ਪਰ ਜਦੋਂ ਤੁਹਾਡੇ ਪੱਖ ਦੀ ਗੱਲ ਕਰਦੇ ਤਾਂ ਫਿਰ ਤੁਹਾਡੇ ਫੋਨ ਆਨ ਰਹਿੰਦਾ, ਬਾਕੀ ਵੇ ਤਾਂ ਕੱਟ ਦਿੰਦਾ ਫੋਨ। ਨਹੀਂ, ਪੱਖ ਦੀ ਗੱਲ ਨਹੀਂ ਹੈ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੱਸੋ? ਅੱਜ ਦੀ ਗੱਲ ਕਿਸੇ ਕੱਖਾਂ ਨਹੀਂ ਕਹਿਣਾ, ਪਿਛਲੇ ਹਫ਼ਤੇ ਦੀ ਗੱਲ ਹੈਗੀ ਆ। ਅੱਜ ਤੁਸੀਂ ਮੁੱਦੇ ਦੇ ਉੱਤੇ ਕੁਝ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ? ਅੱਜ ਦੇ ਮੁੱਦੇ ਤੇ ਕੋਈ ਵਿਚਾਰ ਨਹੀਂ ਹੈਗਾ, ਤੁਸੀਂ ਤੇ ਮੈਂ ਦਰਖਾਸਤ ਕਰਾਂਗਾ ਕਿ ਜੇਕਰ ਤੁਸੀਂ ਅੱਜ ਦੇ ਮੁੱਦੇ ਦੇ ਉੱਤੇ ਚਾਹੁੰਦੇ ਹੋ ਵਿਚਾਰ ਕਰਨਾ ਤਾਂ ਤੁਸੀਂ ਜ਼ਰੂਰ ਕਾਲ ਕਰ ਸਕਦੇ ਹੋ, ਔਰ ਪੱਖ ਔਰ ਅਸੀਂ ਤੁਸੀਂ ਵੇਖਿਆ ਹੋਗਾ ਸਾਡਾ ਸ਼ੋਅ, ਅਸੀਂ ਕਦੀ ਵੀ ਕਿਸੇ ਵੀ ਪਾਰਟੀ ਦਾ ਪੱਖ ਕਦੀ ਨਹੀਂ ਰੱਖਦੇ, ਔਰ ਜੇਕਰ ਵਾਕਈ ਹੀ ਕੁਛ ਨਾ ਕੁਛ ਸਾਨੂੰ ਲੱਗਦਾ ਹੈ, ਅਸੀਂ ਉਸ ਖਬਰ ਨੂੰ ਅਥੈਂਟੀਕੇਟ ਕਰਦੇ ਹਾਂ ਔਰ ਜਿਹੜੇ ਅਸਲੀ ਤੱਥ ਨੇ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਹਾਂ, ਔਰ ਉਸੇ ਦੇ ਉੱਤੇ ਤੁਸੀਂ ਸਾਡੇ ਨਾਲ ਜਿਹੜੇ ਵਿਚਾਰ ਆ ਉਹ ਸਾਂਝੇ ਕਰਦੇ ਹੋ। ਕਦੀ ਵੀ ਤੁਸੀਂ ਨਹੀਂ ਦੇਖੋਗੇ ਕਿ ਜਸ ਬ੍ਰੋਡਕਾਸਟਿੰਗ ਦੀ ਟੀਮ ਜਿਹੜੀ ਹੈ ਉਹ ਕਿਸੇ ਪਾਰਟੀ ਜਾਂ ਫਿਰ ਉਹਦਾ ਡਾਇਲੋਗ ਬੋਲ ਰਹੀ ਹੈ ਜਾਂ ਫਿਰ ਉਹਦੀ ਗੱਲ ਕਰ ਰਹੀ ਹੈ। ਮੇਰੇ ਨਾਲ ਹੋਰ ਵੀ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਹਰਪ੍ਰੀਤ ਸਿੰਘ। ਸਤਿ ਸ਼੍ਰੀ ਅਕਾਲ ਹਰਭਜਨ ਸਿੰਘ ਜੀ, ਕੀ ਕਹਿਣਾ ਚਾਹੋਗੇ? ਹਰਪ੍ਰੀਤ ਸਿੰਘ, ਤੁਸੀਂ ਕਿਸੇ ਨੂੰ ਜਾਣਦੇ ਨਹੀਂ, ਤੁਸੀਂ ਮੈਨੂੰ ਨਹੀਂ ਜਾਣਦੇ, ਤੁਹਾਡੀ ਕੋਈ ਇੱਥੇ ਰਿਸ਼ਤੇਦਾਰੀ ਨਹੀਂ, ਕੋਈ ਭਾਈਬੰਦੀ ਨਹੀਂ ਜਿਹੜਾ ਤੁਸੀਂ ਪੱਕ ਕਰ ਰਹੇ ਹਾਂ ਜੀ। ਜੀ, ਕੋਈ ਕਾਲਰ ਆਉਂਦੇ ਨੇ, ਉਹਨਾਂ ਦੀ ਗੱਲ ਕੋਈ ਐਸੀ ਹੁੰਦੀ ਆ ਉਹ ਤੁਸੀਂ ਨਹੀਂ ਵਿੱਚ ਤੋੜਦੇ। ਜੀ ਜੀ, ਮੈਨੂੰ ਪਤਾ ਨਹੀਂ, ਸਮਝ ਲੱਗਦੀ ਕਿ ਇਹਨਾਂ ਲੋਕਾਂ ਕੋਲ ਹੋਰ ਕੋਈ ਕੰਮ ਨਹੀਂ ਹੈਗਾ। ਜੀ, ਇੰਨੇ ਸੀਰੀਅਸ ਤੁਸੀਂ ਇਸ਼ੂ ਪੇਸ਼ ਕੀਤੇ ਆ, ਆਈ ਰੀਲੀ ਰਿਸਪੈਕਟ ਯੂ। ਜੀ, ਤੁਸੀਂ ਓਨੈਸਟਲੀ ਤੁਸੀਂ ਰੋਜ਼ ਨਿਖਰਦੇ ਜਾਂਦੇ ਹੋ, ਰੋਜ਼ ਨਿਖਰਦੇ ਜਾਂਦੇ ਹੋ, ਬਟ ਤੁਹਾਡੀ ਗੱਲ ਕਰਨ ਦਾ ਤਰੀਕਾ, ਤੁਹਾਡਾ ਐਡਰੈਸ ਕਰਨ ਦਾ ਤਰੀਕਾ, ਤੁਹਾਡੇ ਜਜ਼ਬਾਤ ਜਿਹੜੇ ਆ, ਤੁਸੀਂ ਕਿਹਾ ਅਮਰੀਕਾ ਦੀ, ਅੱਜ ਤੁਸੀਂ ਜ਼ਾਹਰ ਕਰਦੇ ਹੋ ਕਿ ਤੁਸੀਂ ਵਾਕਿਆ ਅਮਰੀਕਾ ਵਿੱਚ ਰਹਿੰਦੇ ਹੋ, ਅਮਰੀਕਾ 'ਚ ਦੁਨੀਆਂ 'ਚ ਜੋ ਹੁੰਦਾ ਉਹ ਤੁਹਾਤੇ ਅਸਰ ਕਰ ਰਿਹਾ। ਇਹ ਕਦ ਅਸੀਂ ਉੱਠਾਂਗੇ, ਇਹ ਕਦ ਅਸੀਂ ਉਸੇ ਚੱਕਰ 'ਚ ਤੁਰੇ ਫਿਰਾਂਗੇ, ਕਦ ਅਸੀਂ ਧਰਮ ਦੇ ਚੱਕਰ 'ਚ ਤੁਰਾ ਕਰਾਂਗੇ, ਕਦ ਅਸੀਂ ਹੋਸਪਿਟਲ ਦਾ ਸੋਚਾਂਗੇ, ਕਦ ਅਸੀਂ ਸਕੂਲਾਂ ਦਾ ਸੋਚਾਂਗੇ, ਕਦ ਅਸੀਂ ਬਜ਼ੁਰਗਾਂ ਦਾ ਸੋਚਾਂਗੇ, ਕਦ ਸਾਡੇ ਬੱਚੇ ਬਾਹਰਲੇ ਮੁਲਕਾਂ 'ਚ ਜਾਣੋ ਹਟਣਗੇ, ਕਦ ਸਾਡੇ ਘਰਾਂ 'ਚੋਂ ਗਰੀਬੀ ਟੁੱਟੇਗੀ, ਕਦ ਸਾਡਾ ਇਨਫਰਾਸਟ੍ਰਕਚਰ ਸੁਧਰੇਗਾ। ਯੂਨੋ, ਇਹ ਗੱਲਾਂ ਤੁਹਾਡੇ ਦਿਮਾਗ ਨੂੰ ਹੈਵੀ ਕਰ ਰਹੀਆਂ, ਪਰ ਮੈਨੂੰ ਸਮਝ ਨਹੀਂ ਲੱਗਦੀ। ਪਰ ਦੂਸਰੇ ਪਾਸੇ ਠੀਕ ਹੈ, ਤੁਹਾਡੇ ਹਲੂਣੇ ਦੇ ਨਾਲ ਕੋਈ ਹਿੱਲੇਗਾ ਤਾਂ ਸਹੀ, ਕਿਸੇ ਨੂੰ ਤਾਂ ਗੱਲ ਕੋਈ ਪੱਲੇ ਪਏਗੀ। ਹਾਂ, ਤੁਸੀਂ ਬਾਦਲ ਸਾਹਿਬ ਉਹ ਕਾਂਗਰਸ ਨੂੰ ਬਲੇਮ ਕਰੀ ਜਾਂਦੇ ਹੋ, ਕਹਿੰਦੇ ਐਂਟੀ ਸਿੱਖ ਆ, ਇਸ ਸਾਹਿਬ ਨੂੰ ਪੁੱਛਣ ਵਾਲੇ ਹੋਵੇ, ਕਾਂਗਰਸ ਦੇ ਵਿੱਚ ਵੀ ਘੱਟੋ ਘੱਟ 90% ਜਿਹੜੀ ਰੂਲਿੰਗ ਲੋਕ ਹੈ ਉਹ ਵੀ ਸਿੱਖ ਹੀ ਆ, ਬਾਕੀ ਵੀ ਸਿੱਖ ਹੀ ਆ। ਫਿਰ ਤੁਸੀਂ ਇੱਕ ਦੂਸਰੇ ਨੂੰ ਕਿਉਂ ਬਲੇਮ? ਕੱਲ੍ਹ ਇੱਕ ਆਦਮੀ ਆਇਆ ਸੀ, ਉਹਨੇ ਗੱਲਾਂ ਬੜੀਆਂ ਕਮਲੀਆਂ ਹੋਣੀਆਂ, ਪਰ ਉਹਨੇ ਇੱਕ ਗੱਲ ਬੜੀ ਚੰਗੀ ਕੀਤੀ ਵੀ ਤੁਸੀਂ ਇਹ ਦੱਸੋ ਵੀ ਪੰਜਾਬ ਦੇ ਵਿੱਚ ਚਾਹੇ ਕੋਈ ਕਾਂਗਰਸ ਆ ਜਾਏ ਜਾਂ ਜਿਹੜੀ ਪਾਰਟੀ ਆਵੇ, ਮੈਜੋਰਿਟੀ ਉੱਥੇ ਸਿੱਖ ਹੀ ਹੁੰਦੇ ਆ, ਉਹ ਸਿੱਖ ਹੀ ਸਾਡੇ ਭਰਾ ਆ। ਲੇਕਿਨ ਮਤਲਬ ਯੂਨੋ ਥੋੜ੍ਹਾ ਜਿਹਾ ਸੋਚ ਦਾ ਫਰਕ ਹੈ, ਗੱਲ ਜਿਹੜੇ ਮੁੱਦਿਆਂ ਦੇ ਉਹ ਕਰਦਾ ਨੀ ਗਾ, ਪਰਸਨਲ ਅਟੈਕ ਕਰੀ ਜਾਂਦੇ ਆ। ਨਮਸਕਾਰ ਹਰਕੇਸ਼ ਸਿੰਘ, ਜਿਹਨੂੰ ਤੁਸੀਂ ਅੱਜ ਇਸ਼ੂ ਲਿਆਂਦਾ, ਮੈਨੂੰ ਤਾਂ ਨਾ ਜੋ ਹਿੰਦੁਸਤਾਨ 'ਚ ਇਸ ਵੇਲੇ ਹੋ ਰਿਹਾ, ਜਾਣੀ ਉਹ ਸੋਚ ਕੇ ਵੀ ਸ਼ਰਮ ਆਉਂਦੀ ਆ ਕਿ ਇਸ ਮੁਲਕ ਦਾ ਬੇੜਾ ਕਿਉਂ ਗਰਕ ਹੋਣ ਲੱਗਾ। ਮੈਂ ਤੁਹਾਨੂੰ ਦੱਸਾਂ ਕਿ ਅੱਜ ਜਿਹੜਾ ਇਸ਼ੂ ਚੱਲ ਰਿਹਾ ਆਸਾਮ ਦਾ, 4 ਮਿਲੀਅਨ ਲੋਕਾਂ ਨੂੰ ਕਹਿੰਦੇ ਕਿ ਤੁਹਾਡਾ ਇਹ ਕਰ ਨਹੀਂ ਗਾ, ਤੁਹਾਨੂੰ ਬਾਹਰ ਕੱਢਤਾ ਜਾਊਗਾ। ਉਹਦੇ ਵਿੱਚ ਕਿਉਂਕਿ ਮੁਸਲਮਾਨ ਹੈ, ਔਰ ਉਹਦੇ ਵਿੱਚ ਹਰਕ੍ਰੀਤ ਸਿੰਘ
ਇੱਕ ਮਤਲਬ ਐਮਐਲਏ ਕਿਸੇ ਸਟੇਟ ਦਾ ਸੀ, ਮੈਨੂੰ ਨਾਂ ਭੁੱਲ ਗਿਆ, ਉਹ ਕਹਿੰਦਾ ਕਿ ਨਾ ਜਾਣ ਤਾਂ ਇਹਨਾਂ ਨੂੰ ਜ਼ਬਰਦਸਤੀ ਕੱਢੋ, ਜੇ ਜ਼ਬਰਦਸਤੀ ਨਾ ਕੱਢਣ ਤਾਂ ਇਹਨਾਂ ਨੂੰ ਸ਼ੂਟ ਕਰ ਦਿਓ, ਇਹਨਾਂ ਨੂੰ ਮਾਰ ਦਿਓ। ਐਡੀ ਬੇਸ਼ਰਮੀ, ਇੱਕ ਡੈਮੋਕ੍ਰੈਟਿਕ ਕੰਟਰੀ ਦੇ ਵਿੱਚ ਇੱਕ ਐਮਐਲਏ, ਇੱਕ ਜ਼ਿੰਮੇਵਾਰ ਆਦਮੀ ਇਹ ਗੱਲ ਕਰੇ ਤਾਂ ਮੈਂ ਕਹਿੰਦਾ ਉਸ ਮੁਲਕ ਦਾ ਰੱਬ ਹੀ ਮਤਲਬ ਬਚਾਊਗਾ, ਹੋਰ ਤਾਂ ਕੁਝ ਬਚਾ ਨਹੀਂ ਸਕਦਾ। ਉਸ ਆਦਮੀ ਨੂੰ ਹੁਣ ਤਾਈਂ ਅਰੈਸਟ ਕਿਉਂ ਨਹੀਂ ਕੀਤਾ ਗਿਆ, ਉਹਨੂੰ ਲੋਕਅਪ ਕਿਉਂ ਨਹੀਂ ਕੀਤਾ ਗਿਆ? ਇਹੋ ਜਿਹੇ ਲੋਕਾਂ ਨੂੰ ਲੋਕਅਪ, ਜਿਹੜੇ ਇਹੋ ਜਿਹੇ ਲੋਕਾਂ ਨੂੰ ਭੜਕਾਉਂਦੇ ਆ ਜਿਹਨੂੰ ਧਰਮ ਦੇ ਨਾਂ ਤੇ, ਜਾਤ ਦੇ ਨਾਂ ਤੇ, ਮਜ਼ਹਬ ਦੇ ਨਾਂ ਤੇ, ਫਿਰਕੇ ਦੇ ਨਾਂ ਤੇ, ਇਹ ਲੋਕੀ ਕਿਉਂ ਖੁੱਲੇ ਤੁਰੇ ਫਿਰਦੇ ਆ? ਇਹ ਕਿਉਂ ਖੁੱਲੇ ਤੁਰੇ ਫਿਰਦੇ ਆ? ਬਿਲਕੁਲ, ਮੈਂ ਅੱਜ ਗਰ ਕਰੀ ਜਾ ਰਹੇ ਨੇ ਹਰਭਜਨ ਸਿੰਘ ਜੀ, ਬਿਲਕੁਲ ਮੈਂ ਤੁਹਾਡੀ ਇਸ ਗੱਲ ਨਾਲ ਸਹਿਮਤ ਹਾਂ। ਇਹ ਸਿਰਫ ਪੰਜਾਬ ਦੇ ਵਿੱਚ ਹੀ ਨਹੀਂ ਬਲਕਿ ਪੂਰੇ ਭਾਰਤ ਦੇ ਵਿੱਚ ਹੀ ਹੁਣ ਇੱਕ ਧਰਮ ਨੂੰ ਲੈ ਕੇ ਜਿਹੜੀ ਰਾਜਨੀਤੀ, ਇੱਕ ਨਵਾਂ ਜਿਹੜਾ ਸਿਆਸੀ ਸਟੰਟ ਅਸੀਂ ਇਸਨੂੰ ਕਹਿ ਸਕਦੇ ਹਾਂ, ਜਿਹੜਾ ਹੁਣ ਆਲ ਓਵਰ ਭਾਰਤ ਇੰਡੀਆ ਦੇ ਵਿੱਚ ਸਾਨੂੰ ਵੇਖਣ ਨੂੰ ਮਿਲਦਾ, ਹਿੰਦੂ ਮੁਸਲਿਮ ਨੂੰ ਲੈ ਕੇ ਤੁਸੀਂ ਟੀਵੀ ਚੈਨਲ ਕੋਈ ਵੀ ਔਨ ਕਰ ਲਓ, ਕੋਈ ਵੀ ਤੁਸੀਂ ਹਿੰਦੀ ਚੈਨਲ ਔਨ ਕਰ ਲਓ ਜਾਂ ਫਿਰ ਤੁਸੀਂ ਕੋਈ ਇੰਗਲਿਸ਼ ਚੈਨਲ ਔਨ ਕਰ ਲਓ ਜਿਹੜਾ ਇੰਡੀਆ ਨੂੰ ਰੀਪ੍ਰੈਜੈਂਟ ਕਰਦਾ, ਯੂ ਵਿਲ ਸੀ ਕਿ ਸਿਰਫ ਇੰਡੀਆ ਇੰਡੀਆ ਦੇ ਵਿੱਚ ਹਿੰਦੂ ਮੁਸਲਮਾਨ ਨੂੰ ਲੈ ਕੇ ਇੱਕ ਡਿਬੇਟ ਜਿਹੜੀ ਹੈ ਨਵੀਂ ਸ਼ੁਰੂ ਹੋਈ ਹੋਈ ਹੈ। ਇੱਕ ਹਰਕੀ ਸਿੰਘ ਇੱਕ ਕਹਿ ਰਿਹਾ ਸੀਗਾ, ਉਹ ਕਹਿੰਦਾ ਸਿੱਖ ਜਿਹੜੇ ਅਫਗਾਨਿਸਤਾਨ ਤੋਂ ਆਏ ਇਹਨਾਂ ਨੂੰ ਬਾਹਰ ਕੱਢੋ, ਕਹਿੰਦਾ ਬਾਕੀ ਮਤਲਬ ਮੁਸਲਮਾਨ ਆ ਇਹ ਅਰਬ ਕੰਟਰੀਆਂ 'ਚ, ਇਹੋ ਜਿਹਾ ਬਕਵਾਸ ਮੈਂ ਇਸ ਮੁਲਕ ਦਾ ਜੋ ਹੋ ਰਿਹਾ ਹੈਗਾ ਇਹਦਾ ਰੱਬ ਹੀ ਝਾਲੂ ਆ, ਮੈਨੂੰ ਸਮਝ ਹੀ ਲੱਗਦੀ ਕਿ ਇਸ ਮੁਲਕ ਨੂੰ ਹੋ ਕੀ ਗਿਆ। ਇਹ ਫਾਸਿਸਟ ਜਿਹਨੂੰ ਹਿਟਲਰ ਵੀ ਇਹੀ ਕਰਦਾ ਸੀਗਾ, ਉਹ ਕਹਿੰਦਾ ਜੀਵ ਨੂੰ ਬਾਹਰ ਕੱਢੋ, ਜੇ ਨਹੀਂ ਨਿਕਲਦੇ ਤਾਂ ਉਹਨਾਂ ਨੇ ਗੈਸ ਚੈਂਬਰ ਖੋਲ ਕੇ ਸਾਰੇ ਮਿਲੀਅਨ ਤੋਂ ਲੋਕ ਜੀਵ ਮਾਰ ਦਿੱਤੇ। ਉਹ ਇਹੀ ਕੁਛ ਇਹ ਫਾਸਿਸਟ ਅੱਜ ਦੀ ਕਲਾਸ ਕਰ ਰਹੀ ਹੈ। ਸਾਮ ਦਾਮ ਘੰਟ ਦੇ ਅਸੀਂ ਸੁਣਿਆ ਸੀਗਾ ਇਹੋ ਜਿਹੇ ਲੋਕਾਂ ਨੂੰ ਸ਼ਰਮ ਆਉਂਦੀ ਆ, ਮਤਲਬ ਇਹੋ ਜਿਹੇ ਲੋਕਾਂ ਨੂੰ ਖੁੱਲੇ ਤੁਰੇ ਫਿਰਦੇ ਨੇ ਜਿਹੜੇ ਮਜ਼ਹਬ ਦੇ ਨਾਂ ਤੇ ਧਰਮ ਦੇ ਲਾ ਕੇ ਇੱਕ ਕੌਮ ਦਾ ਬੇੜਾ ਕਰੀ ਗਰਗਨ ਨੇ। ਇਹੀ ਸਾਡੇ ਪੰਜਾਬ ਛੋੜਿਆ, ਜਿਹਨੂੰ ਇੱਕ ਪ੍ਰੋਗਰੈਸਿਵ ਕਿਸਮ ਦੇ ਲੋਕ, ਪੜ੍ਹੇ ਲਿਖੇ ਲੋਕ, ਸੋਹਣੇ ਸੁਨੱਖੇ ਲੋਕ, ਅਸੀਂ ਮਤਲਬ ਧਰਮ ਦੀ ਸੋਹਣੀ ਸੋਚ ਦੇ ਵਿੱਚ ਸਾਡਾ ਸਾਰਿਆਂ ਦਾ ਬੇੜਾ ਗਰਕ ਹੋ ਚੁੱਕਾ। ਸਾਡੇ ਬੱਚੇ ਪੜ੍ਹ ਲਿਖ ਕੇ, ਮੁੰਡੇ ਪੜ੍ਹ ਲਿਖ ਕੇ, ਜਾਂ ਕੁੜੀ ਪੜ੍ਹ ਜਾਂਦੀ ਆ, ਮੁੰਡਾ ਪੜ੍ਹ ਜਾਂਦਾ, ਕਿੱਥੇ ਗਿਆ? ਔਰ ਕਨੇਡਾ ਜਾ ਕੇ ਧੱਕੇ ਖਾਣ ਲੱਗ ਪਿਆ। ਆਹ ਸਾਡੀ ਹਾਲਤ ਆ, ਕੋਈ ਸੋਚ ਨਹੀਂ ਰਿਹਾ ਕਿ ਅਸੀਂ ਕਰ ਕੀ ਕਹਿ ਰਹੇ ਹਾਂ, ਇਹ ਮੁਲਕ ਦੀਆਂ ਜੜ੍ਹਾਂ ਕਿਉਂ ਪੱਟ ਰਹੇ ਹਾਂ ਅਸੀਂ? ਅਸੀਂ ਬਾਹਰਲੇ ਮੁਲਕਾਂ 'ਚ ਆਣ ਕੇ ਅਸੀਂ ਰਿਫਿਊਜੀ ਬਣ ਕੇ ਬੈਠੇ ਹਾਂ, ਅਸੀਂ ਇਮੀਗ੍ਰੈਂਟ ਬਣ ਕੇ ਬੈਠੇ ਹਾਂ। ਆਪਣੇ ਇੱਕ ਦਿਨ ਸਾਡਾ, ਤੁਸੀਂ ਹਰਕੀਤ ਸਿੰਘ ਤੁਸੀਂ ਯਾਦ ਰੱਖੀ, ਜਿਹਨੂੰ ਹੋਰ 50 ਸਾਲ ਤੇ, ਮੈਂ 50 ਸਾਲ ਦਿੱਤੇ ਆ। ਆ ਜਿਹੜਾ ਅਸੀਂ ਧਰਮ ਦਾ ਰੌਲਾ ਪਾਉਂਦੇ ਹਾਂ, ਮਜ਼ਹਬਾਂ ਦਾ ਰੌਲਾ ਪਾਉਂਦੇ ਹਾਂ, ਜ਼ਬਾਨਾਂ ਦਾ ਰੌਲਾ ਪਾਉਂਦੇ ਹਾਂ, ਅਸੀਂ ਇਹ ਸਭ ਕੁਝ ਵੇਚ ਦਿੱਤਾ। ਸਾਡੇ ਕੋਲ ਇੱਕ ਦਿਨ ਬਿਲਕੁਲ ਮੇਰੇ ਬੱਚੇ ਬਦਲ ਚੁੱਕੇ ਆ, ਬਾਕੀਆਂ ਨਹੀਂ ਬਦਲ ਜਾਣੇ ਹੈਗੇ ਆ, ਕਿਉਂਕਿ ਇਹਦਾ ਜ਼ਿੰਮੇਵਾਰ ਕੌਣ ਆ? ਜਿਹੜਾ ਮੇਰਾ ਸਿਸਟਮ ਨੇ ਮੈਨੂੰ ਆਪਣਾ ਘਰ ਛੱਡਣ ਵਾਸਤੇ ਮਜਬੂਰ ਕੀਤਾ। ਥੈਂਕ ਯੂ ਵੈਰੀ ਮੱਚ ਹਰਭਜਨ ਸਿੰਘ ਜੀ, ਆਈ ਰੀਅਲੀ ਐਪਰੀਸ਼ੀਏਟ ਯੋਰ ਵਰਡਸ, ਔਰ ਮੈਂ ਤੁਹਾਡੇ ਜਜ਼ਬਾਤਾਂ ਦੀ ਕਦਰ ਕਰਦਾ ਕਿ ਜਿਸ ਤਰੀਕੇ ਤੋਂ ਤੁਹਾਡੇ ਜਜ਼ਬਾਤ 'ਚ ਵੇਖਣ ਨੂੰ ਮਿਲੇ। ਬਾਕੀ ਇਹ ਗੱਲ ਮੈਨੂੰ ਵੀ ਬਹੁਤ ਸਤਾਉਂਦੀ ਹੈ, ਮੇਰਾ ਵੀ ਮਨ ਬਹੁਤ ਸਵੇਰੇ ਦੁਖਿਆ ਕਿ ਜਦ ਅਸੀਂ ਇਸ ਨੂੰ ਇਸ ਐਂਗਲ ਨਾਲ ਸੋਚ ਕੇ ਵੇਖਿਆ ਕਿ ਅਸੀਂ ਪੜ੍ਹ ਕੀ ਰਹੇ ਹਾਂ, ਕੀ ਮੀਡੀਆ ਦੇ ਵਿੱਚ ਦੇਖ ਰਹੇ ਹਾਂ, ਕੀ ਸਾਨੂੰ ਸੋਸ਼ਲ ਮੀਡੀਆ ਦੇ ਵਿੱਚ ਸਵੇਰੇ ਸ਼ਾਮ ਵੇਖਣ ਨੂੰ ਮਿਲਦਾ। ਕਿਉਂ ਨਹੀਂ ਪ੍ਰੋਗਰੈਸਿਵ ਪੰਜਾਬ ਦੀ ਗੱਲ ਹੁੰਦੀ? ਕਿਉਂ ਨਹੀਂ ਗੱਲ ਹੁੰਦੀ ਕਿ ਡਰੱਗ ਫਰੀ ਸਟੇਟ ਪੰਜਾਬ ਹੋ ਚੁੱਕਿਆ? ਕਿਉਂ ਨਹੀਂ ਹੁੰਦੀ ਕਿ ਜਿਹੜਾ ਤੁਸੀਂ ਏਮਸ ਹੋਸਪਿਟਲ ਲੈ ਕੇ ਆਉਣਾ, ਹੁਣ ਜਿਹੜੇ ਸਾਡੇ ਬਜ਼ੁਰਗ ਨੇ ਉਹਨਾਂ ਦਾ ਇਲਾਜ ਪੰਜਾਬ ਦੇ ਵਿੱਚ ਫਰੀ ਹੋ ਸਕਦਾ? ਕਿਉਂ ਨਹੀਂ ਸਾਡਾ ਜਿਹੜਾ ਐਜੂਕੇਸ਼ਨ ਦਾ ਮਿਆਰ ਹੈ ਉਹ ਵੱਧ ਸਕਦਾ? ਕਿਉਂ ਨਹੀਂ ਸਾਡੇ ਜਿਹੜੀ ਆਂਗਨਵਾੜੀ ਵਰਕਰਸ ਹੈਗੀਆਂ ਉਹ ਖੁਸ਼ਹਾਲ ਹੋ ਸਕਦੀਆਂ? ਕਿਉਂ ਨਹੀਂ ਸਾਡਾ ਕਿਸਾਨ ਖੁਸ਼ ਹੋ ਸਕਦਾ? ਕਿਉਂ ਨਹੀਂ ਉਹਨੂੰ ਆਲਟਰਨੇਟਿਵ ਟੈਕਨੋਲੋਜੀ ਦੀ ਗੱਲ ਅਸੀਂ ਨਹੀਂ ਕਰਦੇ? ਸਿਰਫ ਅਸੀਂ ਧਰਮ ਦੇ ਲਈ ਲੋਕਾਂ ਦਾ, ਧਰਮ ਦੇ ਮਸਲਿਆਂ ਨੂੰ ਰੱਖ ਕੇ ਲੋਕਾਂ ਦੇ ਸੈਂਟੀਮੈਂਟਸ ਨੂੰ ਹਰਟ ਕਰ ਰਹੇ ਹਾਂ? ਇਹ ਗੱਲ ਸਮਝਣ ਦੀ ਬਹੁਤ ਜ਼ਿਆਦਾ ਲੋੜ ਹੈਗੀ ਹੈ। ਔਰ ਮੈਂ ਚਾਹੁੰਦਾ ਵੀ ਹਾਂ ਕਿ ਜਿਹੜੇ ਰਿਸ਼ਤੇਦਾਰ ਤੁਹਾਡੇ ਪੰਜਾਬ ਦੇ ਵਿੱਚ ਰਹਿੰਦੇ ਆ, ਜਿਨ੍ਹਾਂ ਦੇ ਸੰਪਰਕ ਦੇ ਵਿੱਚ ਤੁਸੀਂ ਹੋ, ਉਹਨਾਂ ਨੂੰ ਇਸ ਪਾਸੇ ਉਹਨਾਂ ਦਾ ਜਿਹੜਾ ਉਹਨਾਂ ਦਾ ਜ਼ਿਹਨ ਨੂੰ ਮੋੜੀਏ, ਤਾਂ ਕਿ ਉਹ ਆਪਣੇ ਵਿਧਾਇਕ ਨੂੰ ਜਾ ਕੇ ਕਹਿ ਸਕਣ ਕਿ ਮੇਰੇ ਹਲਕੇ ਦੇ ਵਿੱਚ ਆਹ ਕੰਮ ਨਹੀਂ ਹੋਇਆ, ਇਹ ਹੋਸਪਿਟਲ ਨਹੀਂ ਹੋਇਆ, ਮੈਨੂੰ ਕਲੀਨਿਕ ਚਾਹੀਦਾ, ਆਹ ਜਾ ਕੇ ਦਬਾਅ ਪਾਈਏ ਅਸੀਂ। ਇਹ ਮੈਨੂੰ ਲੱਗਦਾ ਕਿ ਇੱਕ ਅੱਛੇ ਦਿਸ਼ਾ ਵੱਲ ਲਿਜਾ ਸਕਦਾ ਸਾਡੇ ਪੰਜਾਬ ਨੂੰ। ਮੈਂ ਵੇਖ ਪਾ ਰਿਹਾ ਕਿ ਕਾਫੀ ਸਾਰੀ ਕਾਲਸ ਮੈਨੂੰ ਆ ਰਹੀਆਂ, ਔਰ ਅੱਜ ਮੈਂ ਤੁਹਾਡੇ ਸੁਜੈਸ਼ਨਸ ਇਸ ਮੁਤਾਬਕ ਜ਼ਰੂਰ ਜਾਣਨ ਦੀ ਕੋਸ਼ਿਸ਼ ਕਰਾਂਗਾ। ਹੇਠ ਲਿਖੇ ਨੰਬਰ ਦੇ ਉੱਤੇ ਤੁਸੀਂ ਮੈਨੂੰ ਲਾਈਵ ਕਾਲ ਕਰ ਸਕਦੇ ਹੋ ਔਰ ਆਪਣੀ ਗੱਲ ਮੇਰੇ ਨਾਲ ਸਾਂਝੀ ਕਰ ਸਕਦੇ ਹੋ। ਜਿਹੜੇ ਜਿਹੜੇ ਕਾਲਰਸ ਨੇ ਮੈਨੂੰ ਇਸ ਟਾਈਮ ਕਾਲ ਕੀਤੀ ਹੋਈ ਹੈ, ਮੈਂ ਤੁਹਾਨੂੰ ਲਾਈਨ ਦੇ ਵਿੱਚ ਪਾਇਆ ਹੋਇਆ, ਕਿਊ ਦੇ ਵਿੱਚ ਪਾਇਆ ਹੋਇਆ, ਹੋਲਡ ਦੇ ਵਿੱਚ ਪਾਇਆ ਹੋਇਆ, ਆਪਣੇ ਫੋਨ ਨੂੰ ਨਾ ਕੱਟਿਓ, ਜ਼ਰੂਰ ਲਵਾਂਗਾ ਤੁਹਾਡੀ ਫੋਨ ਕਾਲਸ ਇਸ ਬ੍ਰੇਕ ਤੋਂ ਉਸ ਪਾਰ।